ਕੀਦਾਂ ਵੀ ਸ਼੍ਰੀਕਾਂਤ ਅਤੇ ਐਚਐਸ ਪ੍ਰੋਨਾਈ ਟੋਕੀਓ ਵਿੱਚ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਤੌਰ ਵਿੱਚ ਪਹੁੰਚ ਗਏ ਨੇ ਸ਼੍ਰੀਕਾਂਤ ਨੇ ਮਰਦਾਂ ਦੇ ਸਿੰਗਲਸ ਦੇ ਪਹਿਲੇ ਤੌਰ ਦੇ ਮੈਚ ਵਿੱਚ ਤਾਈਵਾਨ ਦੇ ਚੋ ਤਿੰਚੇਨ ਨੂੰ 21-13 21-13 ਨਾਲ ਹਰਾਇਆ ਐਚਐਸ ਪ੍ਰੋਨਾਈ ਨੇ ਚੀਨ ਦੇ ਲੀ ਸ਼ੀਫਿੰਗ ਨੂੰ 21-17 21-13 ਨਾਲ ਹਰਾਇਆ ਇਸ ਰਾਨ ਮਹਿਲਾ ਟੈਬਲਸ ਮੁਕਾਬਲੇ ਵਿੱਚ ਗਾਇਤਰੀ ਗੋਪੀਸ਼ੰਧ ਅਤੇ ਤ੍ਰੀਸਾ ਜੋਲੀ ਦੀ ਜੋੜੀ ਵੀ ਅਗਲੀ ਦੌਰ ਵਿੱਚ ਪਹੁੰਚ ਗਈ ਹੈ ਦੋਵਾਂ ਭਾਰਤੀ ਖਿਡਾਰਨਾਂ ਨੇ ਜਾਪਾਨ ਦੀ ਯੂਈ ਸੁਈਜੂ ਅਤੇ ਸਿਆਕਾ ਹੁਬਾਰਾ ਨੂੰ 11-21-21-15-21-14 ਨਾਲ ਹਰਾ ਦਿੱਤਾ ਹੈ